ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਉਹ ਸਾਰੇ ਸਟੂਡੈਂਟ ਜਿਨ੍ਹਾਂ ਨੇ ਕੈਨੇਡਾ ਵਾਸਤੇ ਫਾਈਲ ਲਗਾਈ ਹੋਈ ਹੈ, ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਰਿਜ਼ਲਟ ਦੇ ਟ੍ਰੈਂਡ ਦਾ, ਕਿਸ ਤਰੀਕੇ ਨਾਲ ਸਪੀਡ ਹੈ PPR ਦੀ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਰੇ ਲੇਟੈਸਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਐਜ਼ ਅ ਗੈਸਟ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ, ਜਿਹੜੇ 20,000 ਤੋਂ ਵੀ ਜ਼ਿਆਦਾ ਸਟੂਡੈਂਟਸ ਨੂੰ ਵੀਜ਼ਾ ਦਵਾ ਚੁੱਕੇ ਨੇ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਜੀ, ਤੁਸੀਂ ਪ੍ਰੈਜੈਂਟ ਟ੍ਰੈਂਡ ਨੂੰ ਕਿਸ ਤਰੀਕੇ ਨਾਲ ਐਨਾਲਾਈਜ਼ ਕਰਦੇ ਹੋ? ਕੈਨੇਡਾ ਦਾ ਕੀ ਰੁੱਖ ਹੈ, ਸਪੀਡ ਕਿੱਦਾਂ ਦੀ ਹੈ PPRs ਦੀ? ਸੋ ਦੀਪਕ ਜੀ, ਦੇਖੋ 1 ਫਰਵਰੀ ਤੋਂ ਬਾਅਦ ਨਾ ਬਹੁਤ ਹੀ ਪੋਜ਼ਿਟਿਵ ਹੈ ਕੈਨੇਡਾ ਦਾ ਟ੍ਰੈਂਡ। ਔਰ ਮੈਂ ਸਟੂਡੈਂਟਸ ਨੂੰ ਸ਼ੁਰੂ ਦਾ ਹੀ ਕਹਿੰਦਾ ਆ ਰਿਹਾ ਕਿ ਇਸ ਜੇ ਪਿਛਲੇ ਸਾਲ ਕੈਨੇਡਾ ਨੇ 2 ਲੱਖ ਵੀਜ਼ੇ ਦਿੱਤੇ ਸੀ, ਤਾਂ ਇਸ ਸਾਲ ਕੈਨੇਡਾ 2.5 ਲੱਖ ਵੀਜ਼ੇ ਦੇਵੇਗਾ। ਸੋ ਦੇਰ ਇਜ਼ ਅ ਸਰਜ, ਦੇਰ ਵਿਲ ਬੀ ਅ ਸਰਜ ਆਫ 20% ਵੀਜ਼ਾਜ਼ ਅਪਰੂਵਲ ਦਿਸ ਈਅਰ। ਮਤਲਬ ਕਿ 2.5 ਲੱਖ ਵੀਜ਼ਾ ਤਾਂ ਉਹਨਾਂ ਨੇ ਦੇਣੇ ਹੀ ਦੇਣੇ ਆ। ਹੁਣ ਡਿਪੈਂਡ ਕਰਦਾ ਕਿ ਕਿੰਨੀਆਂ ਫਾਈਲਸ ਅੰਬੈਸੀ 'ਚ ਲੱਗੀਆਂ ਹੋਈਆਂ, ਕਿੱਦਾਂ ਦੀਆਂ ਪ੍ਰੋਫਾਈਲਸ ਦੀਆਂ ਫਾਈਲ ਲੱਗੀਆਂ ਹੋਈਆਂ ਅੰਬੈਸੀ 'ਚ, ਕਿੱਦਾਂ ਤੁਸੀਂ ਆਪਣੀ ਫਾਈਲ ਪ੍ਰੈਜੈਂਟ ਕੀਤੀ ਅੰਬੈਸੀ 'ਚ, ਕਿਹੜੇ ਕਾਲਜ 'ਚ ਲਾਈ ਆ, ਕਿਹੜੇ ਕੋਰਸ 'ਚ ਲਾਈ ਆ, ਐਵਰੀਥਿੰਗ ਮੈਟਰਸ। ਮਤਲਬ ਮੈਂ ਕਹਾਂਗਾ ਕਿ ਬਹੁਤ ਚੀਜ਼ਾਂ ਮੈਟਰ ਕਰਦੀਆਂ, ਛੋਟੀਆਂ ਛੋਟੀਆਂ ਚੀਜ਼ਾਂ ਵੀ ਮੈਟਰ ਕਰਦੀਆਂ। ਔਰ ਉਸ ਤੋਂ ਬਾਅਦ ਤੁਹਾਡਾ ਦਾਣਾ ਪਾਣੀ ਵੀ ਮੈਟਰ ਕਰਦਾ। ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਕੈਨੇਡਾ ਕਦੋਂ ਜਾਣਾ, ਕਿੰਨੀ ਤਰੀਕ, ਕਦੋਂ ਤੋਂ ਤੁਹਾਡਾ ਉੱਥੇ ਸਿਸਟਮ ਸ਼ੁਰੂ ਹੋਣਾ, ਉਹ ਵੀ ਬਹੁਤ ਜ਼ਿਆਦਾ ਮੈਟਰ ਕਰਦਾ। ਐਂਡ ਸਟੂਡੈਂਟਸ ਜਿਨ੍ਹਾਂ ਨੇ ਆਪਣੀ ਫਾਈਲ ਲਾਈ ਹੁੰਦੀ ਹੈ, ਕਈ ਤਾਂ ਫਾਈਲਸ ਦੇਖੋ ਸਪਟੈਂਬਰ ਤੋਂ ਵੀ ਪੈਂਡਿੰਗ ਚੱਲ ਰਹੀਆਂ, ਲਾਸਟ ਸਪਟੈਂਬਰ ਅਗਸਤ ਤੋਂ ਵੀ ਰਿਜ਼ਲਟ ਨਹੀਂ ਆਏ। ਕੁਛ ਬੱਚਿਆਂ ਨੇ ਹੁਣੇ ਜਨਵਰੀ 'ਚ ਫਾਈਲਾਂ ਲਾਈਆਂ ਔਰ ਉਹਨਾਂ ਦੇ ਰਿਜ਼ਲਟ ਹੁਣ ਫੈਬਰੀ 'ਚ ਆ ਵੀ ਗਏ। ਸੋ ਕੋਈ ਟਾਈਮ ਲਾਈਨ ਨੂੰ ਕਹੀਏ ਤਾਂ ਕੋਈ ਟਾਈਮ ਲਾਈਨ ਨਹੀਂ ਹੈਗੀ ਹੈ, ਬਟ ਯੈਸ, ਅੱਜ ਦੀ ਡੇਟ 'ਚ ਅੰਬੈਸੀ ਪੂਰੇ ਜ਼ੋਰ ਨਾਲ ਕੰਮ ਕਰ ਰਹੀ ਹੈ ਕਿ ਆਉਣ ਵਾਲੇ 1-1.5 ਮਹੀਨੇ 'ਚ ਜਿੰਨੀਆਂ ਫਾਈਲ ਪੈਂਡਿੰਗ ਹੈਗੀਆਂ ਉਹਨਾਂ 'ਤੇ ਰਿਜ਼ਲਟਸ ਦੇ ਦਿੱਤੇ ਜਾਣ। ਸੋ ਟ੍ਰੈਂਡ ਕਾਫੀ ਪੋਜ਼ਿਟਿਵ ਹੈ। ਡੇਲੀ ਬੇਸਿਸ 'ਤੇ ਮੇਰੇ ਕੋਲ 7-8 PPRs ਆ ਰਹੀਆਂ, 7-8 ਪਾਸਪੋਰਟ ਵੀ ਸਟੈਂਪ ਹੋ ਕੇ ਆ ਰਹੇ ਨੇ। ਅਸੀਂ ਆਪਣੇ ਯੂਟਿਊਬ ਪੇਜ ਔਰ ਫੇਸਬੁੱਕ ਪੇਜ 'ਤੇ ਡੇਲੀ ਪਾਸਪੋਰਟਸ ਵੀ ਪਾ ਰਹੇ ਹਾਂ ਜਿਨ੍ਹਾਂ ਦੀ ਅਪਰੂਵਲਸ ਲੱਗ ਕੇ ਆ ਰਹੀਆਂ, ਔਰ ਡੇਲੀ ਬੇਸਿਸ 'ਤੇ ਸਟੂਡੈਂਟਸ ਦੇ ਟੈਸਟੀਮੋਨੀਅਲਸ ਵੀ ਰਿਕਾਰਡ ਕਰ ਰਹੇ ਹਾਂ। ਸੋ ਸਟੂਡੈਂਟ ਪੋਜ਼ਿਟਿਵ ਟ੍ਰੈਂਡ ਹੈ। ਟ੍ਰੈਂਡ ਕੀ ਹੈ ਜੀ, ਮੋਸਟਲੀ ਵੀਜ਼ਾ ਹੀ ਆ ਰਹੇ ਨੇ? ਸੋ ਦੇਖੋ, ਇੱਦਾਂ ਕਦੇ ਵੀ ਨਹੀਂ ਹੁੰਦਾ ਦੀਪਕ ਜੀ ਕਿ ਰਿਫਿਊਜ਼ਲ ਨਾ ਆਵੇ। ਸੋ ਡੇਲੀ ਬੇਸਿਸ 'ਤੇ ਜੇ 7-8 ਅਪਰੂਵਲਸ ਆ ਰਹੀਆਂ ਤਾਂ 3-4 ਰਿਫਿਊਜ਼ਲਸ ਵੀ ਆਉਂਦੀਆਂ। ਸੋ ਇੱਦਾਂ ਕਦੇ ਵੀ ਨਹੀਂ ਹੋਇਆ ਜੇ ਕੋਈ ਏਜੰਟ ਕਹਿੰਦਾ ਕਿ ਮੇਰੇ 100% ਵੀਜ਼ੇ ਆਉਂਦੇ ਆ ਤਾਂ ਉਹ ਗਲਤ ਕਹਿੰਦਾ। ਸੋ 7-8 ਅਪਰੂਵਲਸ ਆ ਰਹੀਆਂ, 3-4 ਰਿਫਿਊਜ਼ਲਸ ਆ ਰਹੀਆਂ ਹੀ ਆ ਰਹੀਆਂ। ਸੋ ਇਹ ਹੈਂਡ ਇਨ ਹੈਂਡ ਚੱਲਦਾ, ਅਪਰੂਵਲ ਐਂਡ ਰਿਫਿਊਜ਼ਲ, ਇੱਕ ਜਿਹਨੂੰ ਕਹਿੰਦੇ ਨਾ ਕਿ ਦੋ ਪਹੀਏ ਹੈਗੇ ਇੱਕ ਗੱਡੀ ਦੇ। ਸੋ ਜਦੋਂ ਅਸੀਂ ਫਾਈਲ ਸਬਮਿਟ ਕਰਦੇ ਹਾਂ ਤਾਂ ਆਪਾਂ ਕੁਛ ਵੀ ਮਿਲ ਸਕਦਾ, ਸਾਨੂੰ ਰਿਫਿਊਜ਼ਲ ਵੀ ਮਿਲ ਸਕਦੀ ਹੈ, ਅਪਰੂਵਲ ਵੀ ਮਿਲ ਸਕਦੀ ਹੈ, ਬਟ ਅਸੀਂ ਆਪਣੇ ਵੱਲੋਂ ਕੋਈ ਕਮੀ ਨਾ ਛੱਡੀਏ ਜਿਹੜੀ ਫਾਈਲ 'ਚ ਸਾਨੂੰ ਰਿਫਿਊਜ਼ਲ ਆ ਜਾਏ। ਸੋ ਜਿਨ੍ਹਾਂ ਦੀ ਸਟੂਡੈਂਟਸ ਦੀ ਸਾਡੇ ਕੋਲ ਜੇ ਰਿਫਿਊਜ਼ਲ ਆਉਂਦੀ ਹੈ ਤਾਂ ਵੀ ਲੁੱਕ ਇਨ ਟੂ ਦੇਅਰ ਫਾਈਲਸ ਵੈਰੀ ਕੇਅਰਫੁਲੀ ਕਿ ਉਹਨਾਂ ਦੀ ਫਾਈਲ 'ਚ ਰਿਫਿਊਜ਼ਲ ਕਿਉਂ ਆਈ। ਐਂਡ ਰੀਫਾਈਲਿੰਗ ਇਜ਼ ਡਨ ਫਰੀ ਆਫ ਕੋਸਟ। ਔਰ ਜਿਨ੍ਹਾਂ ਦੀ ਅਪਰੂਵਲ ਆਉਂਦੀ ਹੈ ਉਹਨਾਂ ਨੂੰ ਅੱਗੇ ਗਾਈਡ ਕੀਤਾ ਜਾਂਦਾ ਕਿ ਜੇ ਉਹ ਆਨਲਾਈਨ ਕਲਾਸਿਸ ਲਗਾ ਰਹੇ ਹਾਂ ਤਾਂ ਉਹ ਟਰੈਵਲ ਕਿੱਦਾਂ ਕਰਨਗੇ, ਜੇ ਉਹਨਾਂ ਕੋਲ ਡੈਫਰ ਹੈਗਾ ਤਾਂ ਉਹ ਡੈਫਰ ਉਹਨਾਂ ਨੇ ਮੰਗਾ ਲਿਆ ਜਾਂ ਡੈਫਰ ਪੈਂਡਿੰਗ ਹੈ। ਸੋ ਇਹ ਸਾਰੀਆਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਂਦਾ। ਸੋ ਜਿਹੜੇ ਕਿਸੇ ਸਟੂਡੈਂਟ ਨੂੰ ਰਿਫਿਊਜ਼ਲ ਆ ਰਹੀ ਹੈ, ਮੈਂ ਉਹਨਾਂ ਨੂੰ ਕਹਾਂਗਾ ਕਿ ਬਿਲਕੁਲ ਵੀ ਸਟ੍ਰੈਸ ਨਾ ਲਓ, ਕਿਉਂਕਿ ਮੈਂ ਦੇਖਿਆ ਕਿ ਸਟੂਡੈਂਟ ਬਹੁਤ ਜ਼ਿਆਦਾ ਸਟ੍ਰੈਸ ਲੈ ਲੈਂਦੇ ਆ ਰਿਫਿਊਜ਼ਲ ਦਾ, ਐਂਡ ਦੇ ਸਟੋਪ ਈਟਿੰਗ, ਸਟੋਪ ਟਾਕਿੰਗ ਟੂ ਦੇਅਰ ਪੇਰੈਂਟਸ, ਔਰ ਬਹੁਤ ਪਰੇਸ਼ਾਨ ਹੋ ਜਾਂਦੇ ਆ। ਸੋ ਲਾਈਫ ਦਾ ਜਿਹਨੂੰ ਕਹਿੰਦੇ ਕਿ ਐਂਡ ਨਹੀਂ ਹੋ ਜਾਂਦਾ, ਵੀਜ਼ਾ ਹੀ ਜ਼ਿੰਦਗੀ ਨਹੀਂ ਹੈਗੀ, ਇਹ ਮੇਰੀ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ। ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਦੀਪਕ ਜੀ ਟ੍ਰੈਂਡ ਚੱਲਿਆ ਹੋਇਆ, ਸਟੂਡੈਂਟ ਬਹੁਤ ਡਿਪਰੈਸ਼ਨ 'ਚ ਚਲੇ ਜਾਂਦੇ ਆ, ਕਈ ਸਟੂਡੈਂਟ ਬਹੁਤ ਸੈਂਸਿਟਿਵ ਹੁੰਦੇ ਆ। ਮੈਂ ਵੀ ਇੱਕ ਸਟੂਡੈਂਟ ਨੂੰ ਮਿਲਿਆ ਅੰਮ੍ਰਿਤਸਰ 'ਚ, ਐਂਡ ਦੇ ਵਰ ਰੀਅਲੀ ਰੀਅਲੀ ਡਿਪਰੈਸਡ ਅਬਾਊਟ ਇਟ। ਸੋ ਮੈਂ ਪਹਿਲਾਂ ਉਹਨਾਂ ਨੂੰ ਕਿਹਾ ਕਿ ਵੀਜ਼ਾ ਆ ਜਾਏਗਾ, ਬਟ ਪਹਿਲਾਂ ਆਪਾਂ ਇਸ ਚੀਜ਼ ਤੋਂ ਸਟ੍ਰੈਸ ਤੋਂ ਬਾਹਰ ਨਿਕਲੀਏ। ਸੋ ਸਟੂਡੈਂਟਸ, ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਸਟ੍ਰੈਸ ਨਹੀਂ ਲੈਣਾ, ਪਰ ਆਪਾਂ ਪੋਜ਼ਿਟਿਵ ਰਹਿਣਾ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦਾ। ਰਿਫਿਊਜ਼ਲ ਰੇਟ ਕਿੱਦਾਂ ਦਾ ਚੱਲ ਰਿਹਾ, ਤੁਸੀਂ ਰਿਫਿਊਜ਼ਡ ਕੇਸ ਵੀ ਲਗਾ ਹੀ ਰਹੇ ਹੋ? ਅਸੀਂ ਰੀਫਾਈਲਿੰਗ 'ਚ ਵੀ ਬਹੁਤ ਵਧੀਆ ਰਿਜ਼ਲਟਸ ਆ ਰਹੇ ਨੇ। ਸੋ ਜੇ ਡੇਲੀ ਅਸੀਂ ਗੱਲ ਕਰੀਏ ਤਾਂ ਜਿਨ੍ਹਾਂ ਦੇ ਮਲਟੀਪਲ ਰਿਫਿਊਜ਼ਲ ਸੀ ਪਹਿਲਾਂ, ਤਾਂ ਉਹਨਾਂ ਨੂੰ ਵੀ ਵੀਜ਼ਾ ਅਪਰੂਵ ਹੋ ਕੇ ਮਿਲ ਰਹੇ ਨੇ। ਹੁਣ ਰੀਸੈਂਟ ਇੱਕ ਜਿਹੜਾ ਪਰਸੋਂ PPR ਆਈ ਹੈ, ਉਹ 2014 ਪਾਸ ਆਊਟ ਹੈ ਸਟੂਡੈਂਟ, ਔਰ ਕੀ ਕਹਿੰਦੇ ਆ ਉਹਨੂੰ PPR ਮਿਲੀ ਹੈ ਆਫਟਰ 2 ਰਿਫਿਊਜ਼ਲਸ। ਉਹਦੀਆਂ 2 ਰਿਫਿਊਜ਼ਲ ਵੀ ਸੀ 2014 ਪਾਸ ਆਊਟ, BTECH ਸੀ, BTECH ਸੀ ਸਟੂਡੈਂਟ, ਐਂਡ ਕੀ ਕਹਿੰਦੇ ਉਸ ਤੋਂ ਬਾਅਦ 2 ਰਿਫਿਊਜ਼ਲ ਸੀ, ਐਂਡ ਤੀਜੀ ਵਾਰੀ ਜਦੋਂ ਉਹਨੇ ਸਾਡੇ ਕੋਲੋਂ ਕੇਸ ਲਗਾਇਆ ਤਾਂ ਉਹਨੂੰ ਅਪਰੂਵਲ ਮਿਲੀ। ਦੂਜਾ ਐਗਜ਼ਾਮਪਲ ਹੈ, ਇੱਕ ਸਟੂਡੈਂਟ ਇੱਕ ਵਾਰੀ ਰਿਫਿਊਜ਼ ਸੀ, +2 ਸੀ 2017 ਵਿੱਚ। ਸੋ ਇੱਕ ਵਾਰੀ ਰਿਫਿਊਜ਼ਲ ਸੀ, ਸੈਕਿੰਡ ਟਾਈਮ ਉਹਨਾਂ ਨੇ ਸਾਡੇ ਕੋਲੋਂ ਫਾਈਲ ਪ੍ਰੋਸੀਡ ਕੀਤੀ ਤਾਂ ਉਹਨਾਂ ਨੂੰ ਵੀ ਵੀਜ਼ਾ ਅਪਰੂਵਲ ਮਿਲਿਆ। ਸੋ ਡੇਲੀ ਬੇਸਿਸ 'ਤੇ ਜਿਹੜੇ ਰੀਫਾਈਲਿੰਗ ਕਰ ਰਹੇ ਹੈ ਉਹਨਾਂ ਨੂੰ ਵੀ ਅਪਰੂਵਲਸ ਆ ਰਹੀਆਂ ਨੇ। ਸੋ ਸਟੂਡੈਂਟਸ, ਜਸਮੀਤ ਜੀ ਦੀ ਇਸ ਨੌਲੇਜ ਦਾ ਤੁਸੀਂ ਵੀ ਫਾਇਦਾ ਲੈ ਸਕਦੇ ਹੋ। ਪੂਰੇ ਪੰਜਾਬ ਦੇ ਆਪਣੇ ਆਫਿਸਿਸ ਦੇ ਵਿੱਚ ਰੈਗੂਲਰ ਜਸਮੀਤ ਜੀ ਦਾ ਵਿਜ਼ਿਟ ਹੈ। ਤੁਸੀਂ 90413 90412 'ਤੇ ਕਾਲ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿੱਦਾਂ ਇਹ ਤੁਹਾਡੇ ਸ਼ਹਿਰ 'ਚ ਜਾਂ ਤੁਹਾਡੇ ਸ਼ਹਿਰ ਦੇ ਨੇੜੇ ਆ ਰਹੇ ਨੇ, ਅਤੇ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਧੰਨਵਾਦ।